वाहे गुरु साहेब जी फिर आखो जी सतनाम श्री वाहे गुरु साहेब सतनाम श्री वाहे गुरु जी दोहरा डल्ले वालिए मिलख मैं एक तारा सिंह अखा बारह मिसला सन जग डल्ले वालिया मिसल सी ओदे विच एक तारा सिंह मिसल दा सरदार बहुत वड्डा जंगी जरनैल सी तिस डेरे मित सिंह रहे तिन यों मतो पकाए उस तारा सिंह दे डेरे च एक मित सिंह भी रहिंदा सी जिहड़ा बड़ा सूरबीर योधा और लड़ाका सीगा बड़ा फुरतीला सिंह सी बाबा मित सिंह जी। हाँ जी चौपाई दस हजार तन सिंह उछेरे उन्हें दस हजार नौजवान गभरू सिंह दा जथा बड़े फुरतीले सिंघां दा जथा अपने नाल लिया जयपुर तो वापस आ रहा सी खालसा दस हजार सिंघां नूं नाल लेके जमुना टप लंघ पईए सवेरे ते सलाह कीती वी आपां जमुना टप के परले पासे जा पईए जिवें तुसीं कदी दिल्ली जाओ ना दिल्ली दो तरह दी है एक जमुना दे उरार एक जमुना पार जिहड़ा जमुना पार दा मतलब है वी मेरठ वाला इलाका हापुड़ वाला जां कह लो जिहड़ा सहारनपुर तक हरिद्वार तक इलाका है उत्थे नजीब खां रोहेले दा इलाका सी नजीब खां रोहेला अहमद शाह अबदाली दा चमचा सी ते दिल्ली दा वजीर आजम सी ते पठाणा नूं लै के उही आउंदा सी हर वारी अफगानिस्तान तों अहमद शाह अबदाली नूं शह दे के नजीब खां रोहेला ही मंगाया करता सी। बाबा मित सिंह जी दी नजीब खां रोहेले ते अख जा टिकी कि नजीब खां रोहेले ने बड़े जुल्म कीते है मेरठ दे इलाके विच सहारनपुर दे इलाके च हिंदुआं दीआं बहुआं बेटियां बन बन के काबुल भेजदा है बड़े जुल्म करदा है हिंदू मुसलमान गरीब कोई भी होवे उहनूं तंग करदा है उस नूं सोधा लैणा चाहीदा उहदा इलाका लुटना चाहीदा है। बाबा मित सिंह जी दस हजार सिंघां नूं कहण लगे सिंघो खालसा सदा गरीब की रक्षा करदा आया ते जालमां नूं सोधदा है आपां हुण आए होए नजीब खां रोहेले दा इलाका लुट लईए तारा सिंह तबै सुन कही जदों इह गल जथेदार तारा सिंह डलवां वाले ने सुनी इह डलवां वाला तारा सिंह इक तां होया जिहड़ा बाबे बंदे बहादुर दे समें ਇਹ ਡੱਲੇ ਵਾਲੀਆ ਮਿਸਲ 'ਚ ਦੂਸਰਾ ਤਾਰਾ ਸਿੰਘ ਹੋਇਆ ਤਾਰਾ ਸਿੰਘ ਨੇ ਮਿਤ ਸਿੰਘ ਨੂੰ ਆਖਿਆ ਤੂੰ ਬੇਫਤੂ ਖਾਲਸੇ ਕੇ ਮਹੀ ਮਿਤ ਸਿਆ ਤੂੰ ਖਾਲਸੇ ਦੇ ਵਿੱਚ ਬਹੁਤਾ ਜ਼ਿਆਦਾ ਅਗੜਵਾਹ ਹੋ ਕੇ ਤੁਰਦਾ ਹੈ ਤੂੰ ਸਿੰਘਾਂ ਦੇ ਮਰਵਾਨ ਆ ਦਮੀ ਕਿਤੇ ਕਿਉਂਕਿ ਨਜੀਬ ਖਾਂ ਰੋਹੇਲਾ ਬਹੁਤ ਜ਼ਬਰ ਜੰਗ ਜਰਨੈਲ ਹੈ ਅਤੇ ਤਜਰਬੇਕਾਰ ਫੌਜੀ ਜਰਨਲ ਹੈ ਉਹਦੀ ਫੌਜ ਵੀ ਬੜੀ ਹੈ ਤੂੰ ਸਿੰਘਾਂ ਨੂੰ ਨਾਲ ਲਿਜਾ ਕੇ ਕਿਤੇ ਇਹ ਨਾ ਹੋਵੇ ਵੀ ਸਹਾਰਨਪੁਰ ਦਾ ਇਲਾਕਾ ਮੇਰਠ ਦਾ ਇਲਾਕਾ ਲੁੱਟਣ ਗਏ ਘੇਰੇ 'ਚ ਨਾ ਆ ਜਾਇਆ ਜੇ ਥੋੜੇ ਦਲ ਸਿਓ ਪਾਰ ਨਾ ਜਾਇਓ ਬਾਬਾ ਤਾਰਾ ਸਿੰਘ ਕਹਿਣ ਲੱਗਾ ਮਿਤ ਸਿਆ ਥੋੜੇ ਸਿੰਘ ਨਾਲ ਲੈ ਕੇ ਨਾ ਜਾਈ ਜੇ ਜਾਣਾ ਤਾਂ ਫਿਰ ਪੂਰਾ ਬੰਦੋਬਸਤ ਕਰਕੇ ਕਹਿੰਦੇ ਦੁਸ਼ਮਣ ਨੂੰ ਕਦੀ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਜੇ ਗਿੱਦੜ ਦਾ ਸ਼ਿਕਾਰ ਕਰਨਾ ਹੋਵੇ ਤੇ ਸ਼ੇਰ ਦਾ ਸਮਾਨ ਲੈ ਕੇ ਘਰੋਂ ਨਿਕਲੀਏ ਕੀ ਪਤਾ ਗਿੱਦੜ ਦੀ ਥਾਂ ਤੇ ਸ਼ੇਰ ਹੀ ਟੱਕਰ ਜਾਵੇ ਤੋ ਸਿੰਘੋ ਥੋੜਾ ਦਲ ਲੈ ਕੇ ਥੋੜੀ ਫੌਜ ਲੈ ਕੇ ਕਦੀ ਨਜੀਬ ਖਾਂ ਦੇ ਇਲਾਕੇ ਚ ਨਾ ਵੜਿਆ ਜੇ ਕਟਾਏ ਸਿੰਘ ਨੂੰ ਫਿਰ ਨੱਠ ਨਾ ਆਇਓ ਮਿਤ ਸਿਆ ਕਿਤੇ ਸਿੰਘਾਂ ਨੂੰ ਸ਼ਹੀਦ ਕਰਾ ਕੇ ਆਪਣੀ ਜਾਨ ਬਚਾ ਕੇ ਨੱਠ ਕੇ ਨਾ ਆ ਜਾਵੀ ਛਪਿਓ ਆਏ ਜੋ ਲਾਹੌਰੇ ਮਾਹੇ ਕਿਉਂਕਿ ਉਧਰੋਂ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਸੁਣਿਆ ਲਾਹੌਰ ਆ ਗਈ ਹੈ ਕਾਬਲ ਤੋਂ ਚੱਲ ਕੇ ਅਹਿਮਦ ਸ਼ਾਹ ਲਾਹੌਰ ਦੇ ਇਲਾਕੇ 'ਚ ਫਿਰ ਰਿਹਾ ਹੈ ਅਤੇ ਲਾਹੌਰ ਤੋਂ ਦਿੱਲੀ ਪਹੁੰਚਣਾ ਸਿਰਫ ਪੰਜ ਸੱਤ ਦਿਨ ਦੀ ਗੱਲ ਹੈ ਜੇ ਉਹਨੂੰ ਪਤਾ ਲੱਗ ਗਿਆ ਵੀ ਸਿੱਖਾਂ ਨੇ ਨਜੀਬ ਖਾਂ ਦਾ ਇਲਾਕਾ ਲੁੱਟਿਆ ਤਾਂ ਹੋ ਸਕਦਾ ਅਹਿਮਦ ਸ਼ਾਹ ਦੀ ਫੌਜ ਤੁਹਾਨੂੰ ਰਸਤੇ 'ਚ ਘੇਰ ਲਵੇ ਉਸ ਦੂਰ ਨਾ ਜਾਣੀ ਅਹਿਮਦ ਸ਼ਾਹ ਪਰ ਉਸ ਅਹਿਮਦ ਸ਼ਾਹ ਨੂੰ ਦੂਰ ਨਾ ਸਮਝੀ ਅਹਿਮਦ ਸ਼ਾਹ ਲਾਹੌਰ ਬੈਠਾ ਹੈ ਨੇੜੇ ਆਇਆ ਖੜਾ ਅਬਦਾਲੀ ਕਿਤੇ ਇਹ ਨਾ ਹੋਵੇ ਤੂੰ ਕਿਸੇ ਭੁਲੇਖੇ 'ਚ ਰਹਿ ਜਾਵੇਂ ਵੀ ਸਾਨੂੰ ਕਹਿੰਦੇ ਕੀ ਕਹਿਣਾ ਅਤੇ ਤੂੰ ਕਿਤੇ ਜਾ ਕੇ ਮੇਰਠ ਦੇ ਇਲਾਕੇ ਵਿੱਚ
ਸਿੰਘਾਂ ਨੂੰ ਮਰਵਾ ਨਾ ਬੈਠੀ। ਹੁਣ ਮਹਿਮਾਨੀ ਪਾਰ ਸਿਧਾਇਆ, ਪਰ ਮਿਤ ਸਿੰਘ ਜਿਹੜਾ ਸੀ ਨਾ ਬੜਾ ਲੜਾਕਾ ਸੀਗਾ, ਬੜਾ ਸੂਰਮਾ ਸੀ, ਗੱਭਰੂ ਸੀ, ਜਵਾਨੀ ਦੀ ਉਮਰ ਸੀ ਅਤੇ ਲੜਾਈ ਨੂੰ ਤਾਂ ਆਵਾਜ਼ਾਂ ਮਾਰਿਆ ਕਰਦਾ ਸੀ। ਉਹ ਕਹਿੰਦਾ ਸੀ ਵੀ ਗੁਆਂਢੀਆਂ ਦੇ ਘਰ ਲੜਾਈ ਜਾਂਦੀ ਹੋਵੇ ਸਾਡੇ ਘਰ ਕਿਹੜਾ ਮਾਰ ਕੇ ਜਾਵੇ, ਖਾਲਸੇ ਦਾ ਕੰਮ ਹੀ ਰਿਹਾ ਦੰਗਿਓ ਹਮ ਕਿਮਟਰ ਹੈ, ਦੰਗੇ ਹਮਾਰੀ ਜਾਤ, ਜਾਤ ਗੋਤ ਸਿੰਘਨ ਕੀ ਦੰਗਾ, ਦੰਗਾ ਹੀ ਸਤਿਗੁਰ ਤੇ ਮੰਗਾ। ਉਹ ਬੜਾ ਲੜਾਕਾ ਯੋਧਾ ਸੀ ਬਾਬਾ ਮਿਤ ਸਿੰਘ, ਉਹਨੇ ਜਥੇਦਾਰ ਤਾਰਾ ਸਿੰਘ ਦੀ ਗੱਲ ਨਹੀਂ ਮੰਨੀ। 10,000 ਸਿੰਘਾਂ ਗੱਭਰੂਆਂ ਦਾ ਜਥਾ ਲੈ ਕੇ ਜਮਨਾ ਦਰਿਆ ਤੋਂ ਪਾਰ ਹੋ ਗਿਆ। ਮੁਲਕ ਰੁਹੇਲੇ ਕਾ ਸੋ ਲੁਟਾਇਆ, ਉਹਨੇ ਨਜੀਬ ਖਾਂ ਰੁਹੇਲੇ ਦਾ ਇਲਾਕਾ ਸਾਰਾ ਇਲਾਕਾ ਲੁੱਟ ਲਿਆ, ਜਾ ਕੇ ਮੇਰਠ, ਸਹਾਰਨਪੁਰ, ਹਾਪੜ, ਉਹ ਜਿਹੜਾ ਸਾਰਾ ਕੋਈ 200-300 ਕਿਲੋਮੀਟਰ ਦਾ ਮੁਰਾਦਾਬਾਦ ਤੋਂ ਉਰਲਾ ਪਾਸਾ ਹੈ, ਉਹ ਸਿੰਘਾਂ ਨੇ ਨਜੀਬ ਖਾਂ ਦਾ ਇਲਾਕਾ ਸਾਰੇ ਸਰਕਾਰੀ ਖਜ਼ਾਨੇ ਲੁੱਟ ਲਏ। ਸਾਧ ਸਿੰਘ ਜੀ ਗੱਲ ਯਾਦ ਰੱਖਣਾ, ਵਾਰ ਵਾਰ ਲੁੱਟਮਾਰ ਦੀ ਗੱਲ ਆਉਂਦੀ, ਕਈ ਸ਼ੰਕਾ ਕਰਦੇ ਆ ਵੀ ਸਿੰਘ ਲੁਟੇਰੇ ਸਨ, ਨਹੀਂ ਖਾਲਸਾ ਜੀ, ਬਿਲਕੁਲ ਸਿੰਘ ਲੁਟੇਰੇ ਨਹੀਂ ਸਨ। ਸਿੰਘ ਕੀ ਗਰੀਬ ਨੂੰ ਨਹੀਂ ਸੀ ਲੁੱਟਦੇ, ਸਿੰਘ ਲੁੱਟਦੇ ਸੀ ਸਰਕਾਰ ਦੇ ਖਜ਼ਾਨਿਆਂ, ਸਰਕਾਰ ਨੂੰ, ਉਹ ਲੁਟੇਰਿਆਂ ਨੂੰ ਲੁੱਟਦੇ ਸਨ। ਕਿਉਂ? ਕਿਉਂਕਿ ਉਹ ਸਰਕਾਰ ਜਿਹੜੀ ਸਿੱਖਾਂ ਨੂੰ ਘਰਾਂ 'ਚ ਰਹਿਣ ਨਹੀਂ ਸੀ ਦਿੰਦੀ, ਜਿਹਦੇ ਸਿਰ 'ਤੇ ਦਾੜ੍ਹੀ ਕੇਸ ਹੋਵੇ ਉਹਨੂੰ ਘਰ 'ਚ ਰਹਿਣ ਨਹੀਂ ਸੀ ਦਿੰਦੀ, ਅਤੇ ਉਹ ਵਿਚਾਰੇ ਆਪਣੀ ਸਿੱਖੀ ਸੰਭਾਲਣ ਲਈ, ਆਪਣੇ ਪੰਥ ਦੀ ਸ਼ਾਨ ਲਈ ਘਰਾਂ ਤੋਂ ਬਾਹਰ ਰਹਿੰਦੇ ਸਨ। ਅਤੇ ਜਦੋਂ ਘਰਾਂ ਤੋਂ ਬਾਹਰ ਰਹਿਣਾ ਹੋਵੇ ਤਾਂ ਖਾਣ ਨੂੰ ਰੋਟੀ ਵੀ ਚਾਹੀਦੀ ਹੈ, ਅਸਲਾ ਵੀ ਚਾਹੀਦਾ, ਘੋੜੇ ਵੀ ਚਾਹੀਦੇ। ਉਹ ਫਿਰ ਜ਼ਾਲਮ ਕੋਲੋਂ, ਦੁਸ਼ਮਣ ਕੋਲੋਂ ਖੋਹਣੇ ਪੈਂਦੇ ਸਨ। ਇਸ ਤਰ੍ਹਾਂ ਨਜੀਬ ਖਾਂ ਰੁਹੇਲਾ ਜਿਹੜਾ ਖਾਲਸੇ ਦਾ ਵੱਡਾ ਵੈਰੀ ਸੀ, ਉਹਦਾ ਇਲਾਕਾ ਸਿੰਘਾਂ ਨੇ ਲੁੱਟ ਲਿਆ। ਰੁਹੇਲੇ ਕੋ ਅਹਿਮਦ ਸ਼ਾਹ ਹੋ ਸੋ ਸਾਥੀ, ਸਾਧ ਸੰਗਤ ਜੀ, ਰੁਹੇਲਾ ਨਜੀਬ ਖਾਂ ਭਾਵੇਂ ਦਿੱਲੀ ਮੁਗਲਾਂ ਦਾ ਵਜ਼ੀਰ ਸੀ ਪਰ ਅੰਦਰੋਂ ਅਹਿਮਦ ਸ਼ਾਹ ਦਾ ਸਾਥੀ ਸੀ। ਰੁਹੇਲੇ ਪਠਾਣ ਹੁੰਦੇ ਆ ਅਤੇ ਪਠਾਣ ਪਠਾਣ ਨਾਲ ਯਾਰੀ ਰੱਖਦੇ ਸੀ। ਅਹਿਮਦ ਸ਼ਾਹ ਅਬਦਾਲੀ ਵੀ ਪਠਾਣ ਸੀ, ਅਹਿਮਦ ਸ਼ਾਹ ਰੁਹੇਲੇ ਦਾ ਮਿੱਤਰ ਬਣਿਆ ਹੋਇਆ ਸੀ। ਜਦੋਂ ਕਦੀ ਨਜੀਬ ਖਾਂ ਰੁਹੇਲੇ ਨੂੰ ਲੋੜ ਪੈਂਦੀ ਸੀ, ਅਬਦਾਲੀ ਨੂੰ ਸੱਦ ਲੈਂਦਾ ਸੀ। ਡਾਕ ਦੌੜਾਈ ਸ਼ਾਹ ਜਹਾਂ ਥੀ, ਨਜੀਬ ਖਾਂ ਰੁਹੇਲੇ ਨੇ ਜਦੋਂ ਵੇਖਿਆ ਸਿੰਘਾਂ ਦਾ ਦਲ, ਬਾਬਾ ਮਿਤ ਸਿੰਘ ਜੀ ਦੀ 10,000 ਫੌਜ ਉਹਦੇ ਇਲਾਕੇ 'ਚ ਆ ਵੜੀ ਹੈ, ਅਤੇ ਸਿੰਘਾਂ ਨੇ ਆਉਂਦਿਆਂ ਸਾਰ ਭੜਥੂ ਪਾ ਦਿੱਤਾ, ਮੇਰਠ, ਸਹਾਰਨਪੁਰ ਅਤੇ ਸ਼ਾਮਲੀ ਅਤੇ ਬਾਕੀ ਸਾਰੇ ਠਾਣੇ ਲੁੱਟਣੇ ਸ਼ੁਰੂ ਕਰ ਦਿੱਤੇ, ਸਰਕਾਰ ਦੇ ਖਜ਼ਾਨੇ ਲੁੱਟ ਲਏ। ਤਾਂ ਉਸ ਨੇ ਡਾਕ ਦੌੜਾਈ, ਡਾਕ ਦਾ ਮਤਲਬ ਚਿੱਠੀ ਭੇਜਣ ਵਾਸਤੇ, ਫਟਾਫਟ ਲਿਖ ਕੇ ਘੋੜ ਸਵਾਰਾਂ ਨੂੰ, ਸਾਂਢਣੀ ਸਵਾਰਾਂ ਨੂੰ ਤੋਰ ਦਿੱਤਾ ਵੀ ਰਾਤੋ ਰਾਤ ਲਾਹੌਰ ਪਹੁੰਚੋ, ਅਤੇ ਉੱਥੋਂ ਜਾ ਕੇ ਅਹਿਮਦ ਸ਼ਾਹ ਅਬਦਾਲੀ ਨੂੰ ਖਬਰ ਕਰੋ ਕਿ ਮੇਰੇ ਤੇ ਸਿੱਖ ਆ ਪਏ ਹਨ ਅਤੇ ਫੌਜਾਂ ਚਾਹੀਦੀਆਂ ਨੇ, ਫੌਜਾਂ ਭੇਜ ਦੇ। ਅੱਗੇ ਥੋ ਹੈ ਤਕ ਤੋ ਰਹੇ, ਅੱਗੇ ਵੀ ਜਹਾਨ ਖਾਂ ਅਤੇ ਅਹਿਮਦ ਸ਼ਾਹ ਅਬਦਾਲੀ ਧੱਕਦੇ ਫਿਰਦੇ ਸਨ ਵੀ ਸਿੱਖਾਂ ਨਾਲ ਕੋਈ ਟਾਕਰਾ ਹੋਵੇ ਅਤੇ ਸਿੱਖਾਂ ਨੂੰ ਖਤਮ ਕਰੀਏ। ਸ਼ਾਹ ਦੌੜਾਈ ਫੌਜ ਤਿਸ ਕਹੇ, ਉਸ ਨਜੀਬ ਖਾਂ ਦੀ ਚਿੱਠੀ ਮਿਲਦਿਆਂ ਸਾਰ ਅਹਿਮਦ ਸ਼ਾਹ ਅਬਦਾਲੀ ਨੇ ਬੜੀ ਭਾਰੀ ਫੌਜ ਸਿੱਖਾਂ ਨੂੰ ਖਤਮ ਕਰਨ ਲਈ ਦੌੜਾ ਦਿੱਤੀ। ਲਾਹੌਰੋਂ ਸਰਹੰਦੋਂ ਪਹੁੰਚੀ ਦੌੜ, ਉਹ ਲਾਹੌਰ ਤੋਂ ਚੱਲ ਕੇ ਸਰਹੰਦ, ਸਰਹੰਦੋਂ ਮੇਰਠ ਦੇ ਇਲਾਕੇ 'ਚ ਪਹੁੰਚ ਗਏ, ਯਾਨੀ 1-2 ਦਿਨਾਂ ਦੇ ਅੰਦਰ ਅੰਦਰ ਅਹਿਮਦ ਸ਼ਾਹ ਦੀਆਂ ਫੌਜਾਂ 400-500 ਕਿਲੋਮੀਟਰ ਦਾ ਸਫ਼ਰ ਕਰ ਗਈਆਂ ਦੌੜੋ ਦੌੜ। ਰਾਤ ਨੂੰ 1-2 ਘੰਟੇ ਆਰਾਮ ਕਰਨਾ, ਫਿਰ ਤੁਰ ਪੈਣਾ। ਅੰਨੇ ਵਾਹ ਫੌਜ ਦੌੜੀ ਲਾਹੌਰ ਤੋਂ ਮੇਰਠ ਦੇ ਇਲਾਕੇ 'ਚ, ਕੋਈ 500 ਕਿਲੋਮੀਟਰ ਤੋਂ ਉੱਤੇ ਦਾ ਸਫ਼ਰ ਬਣਦਾ, ਜਿਹੜਾ 2-3 ਦਿਨਾਂ ਦੇ ਅੰਦਰ ਅੰਦਰ ਅਬਦਾਲੀ ਦੀ ਫੌਜ ਨੇ ਤੈਅ ਕਰ ਲਿਆ। ਅੱਗੇ ਰੁਹੇਲੇ ਥੀ ਬੜੀ ਸੌੜ, ਅੱਗੇ ਸਾਧ ਸਿੰਘ ਜੀ ਨਜੀਬ ਖਾਂ ਰੁਹੇਲੇ ਦੇ ਇਲਾਕੇ 'ਚ ਸਿੰਘਾਂ ਨੇ ਬੜੀ ਸੌੜ ਪਾਈ ਹੋਈ ਸੀ। 10 ਦਿਨ ਲੱਗ ਰਹੇ ਲੂਟਤ ਦੇਸ਼, ਬਾਬਾ ਮਿਤ ਸਿੰਘ ਜੀ ਨੂੰ 10 ਦਿਨ ਹੋ ਗਏ, ਉਹ ਮੇਰਠ ਦਾ ਇਲਾਕਾ, ਸਾਰਾ ਸਹਾਰਨਪੁਰ ਦਾ ਇਲਾਕਾ, ਨਜੀਬ ਖਾਂ ਰੁਹੇਲੇ ਦਾ ਜਿੰਨਾ ਮੁਲਕ ਲੁੱਟ ਰਹੇ ਸਨ। ਮੇਰਠ ਲੁੱਟਿਓ ਸ਼ਹਿਰ ਸੁਬੇਸ਼, ਸਭ ਤੋਂ ਵੱਡਾ ਜਿਹੜਾ ਸ਼ਹਿਰ ਸੀ ਮੇਰਠ ਸੀ, ਉਹਦੇ ਇਲਾਕੇ ਵਿੱਚ
ਮੇਰਠ ਵਿੱਚੋਂ ਕਰੋੜਾਂ ਰੁਪਈਆ ਸਰਕਾਰੀ ਖਜ਼ਾਨਿਆਂ ਚੋਂ ਸਿੰਘਾਂ ਨੇ ਲੁੱਟਿਆ। ਨਹਿ ਤਿੰਨ ਚਿੰਤਾ ਨਹਿ ਤਿੰਨ ਨਹਿ ਹੰਦੇਸ। ਪਰ ਸਿੰਘਾਂ ਨੂੰ ਇਹ ਨਹੀਂ ਸੀ ਪਤਾ ਵੀ ਸਾਡੇ 'ਤੇ ਕੋਈ ਮੁਸੀਬਤ ਆ ਜਾਣੀ ਹੈ, ਚਿੰਤਾ ਨਹੀਂ ਸੀ ਇਸ ਗੱਲ ਦੀ, ਇਹ ਖਿਆਲ ਵੀ ਨਹੀਂ ਸੀ ਬਾਬਾ ਅਮਿਤ ਸਿੰਘ ਜੀ ਹੋਰਾਂ ਨੂੰ। ਉਹਨਾਂ ਨੇ ਸਮਝਿਆ ਵੀ ਕਿ ਅਹਿਮਦ ਸ਼ਾਹ ਅਬਦਾਲੀ ਤਾਂ ਲਾਹੌਰ ਬੈਠਾ ਅਤੇ ਹੋਰ ਇਹਦੀ ਕਿਸੇ ਨੇ ਮਦਦ ਨਹੀਂ ਕਰਨੀ, ਨਜੀਬ ਖਾਨ ਰੋਹੇਲੇ ਦੀ ਮੁਗਲਾਂ ਨੇ ਮਦਦ ਨਹੀਂ ਕਰਨੀ। ਮੁਗਲਾਂ ਨੂੰ ਕਿਉਂਕਿ ਹਮੇਸ਼ਾ ਨਜੀਬ ਖਾਨ ਰੋਹੇਲਾ ਮੁਗਲਾਂ ਨਾਲ ਧੋਖੇ ਕਰਦਾ ਰਿਹਾ, ਮੁਗਲ ਬਾਦਸ਼ਾਹ ਦਾ ਵਜ਼ੀਰ ਹੋ ਕੇ ਵੀ ਉਹਦੇ ਨਾਲ ਗਦਾਰੀ ਕਰਦਾ ਰਿਹਾ ਅਤੇ ਮੁਗਲਾਂ ਨੇ ਤਾਂ ਮਦਦ ਕਰਨੀ ਨਹੀਂ। ਅਹਿਮਦ ਸ਼ਾਹ ਅਬਦਾਲੀ ਦੂਰ ਹੈ, ਬਾਬਾ ਅਮਿਤ ਸਿੰਘ ਜੀ ਨੇ ਜਾਂ ਉਹਦੇ ਸਾਥੀਆਂ ਨੇ ਇਹ ਖਿਆਲ ਹੀ ਨਹੀਂ ਕੀਤਾ ਕਿ ਦੁਸ਼ਮਣ ਬੜੀ ਛੇਤੀ ਆ ਜਾਵੇਗਾ। ਭਈ ਨਾ ਖਬਰ ਜੋ ਆਏ ਮਲੇਸ਼। ਸਿੰਘਾਂ ਨੂੰ ਕਿਸੇ ਨੇ ਖਬਰ ਦਿੱਤੀ ਵੀ ਨਹੀਂ। ਮਲੇਸ਼ਾਂ ਦੀ ਫੌਜ ਲਾਹੌਰ ਤੋਂ ਚੜ੍ਹ ਕੇ ਮੇਰਠ ਦੇ ਇਲਾਕੇ 'ਚ ਕਦੋਂ ਆ ਪਈ? ਬਾਬਾ ਅਮਿਤ ਸਿੰਘ ਜੀ ਉਹਨਾਂ ਦੇ ਸਾਥੀਆਂ ਨੂੰ ਇਸ ਦੀ ਭਣਕ ਵੀ ਨਹੀਂ ਪਈ। ਦੋਹਰਾ ਰਾਤ ਦਿਵਸ ਇਕੱਠੀ ਭਈ ਰੋਹੇਲੀ ਗਿਲਜੀ ਫੌਜ। ਸਾਧ ਸੰਗਤ ਜੀ ਰਾਤੋਂ ਰਾਤ ਦੋ ਚਾਰ ਦਿਨਾਂ ਦੇ ਅੰਦਰ ਅੰਦਰ ਫੌਜਾਂ ਦੀਆਂ ਤਿਆਰੀਆਂ ਤੁਰਕਾਂ ਨੇ ਅੰਦਰ ਖਾਤੇ ਕਰ ਲਈਆਂ, ਸਿੰਘਾਂ ਨੂੰ ਖਬਰ ਨਹੀਂ ਮਿਲਣ ਦਿੱਤੀ। ਗਿਲਜਿਆਂ ਦੀ ਫੌਜ ਯਾਨੀ ਜਿਹੜੇ ਲਾਹੌਰ ਤੋਂ ਆਏ ਸਨ ਅਫਗਾਨਿਸਤਾਨੀ ਅਤੇ ਰੁਹੇਲੇ ਜਿਹੜੇ ਪੰਜਾਬ ਉਸ ਪਾਸੇ ਸਹਾਰਨਪੁਰ ਦੇ ਇਲਾਕੇ ਨਜੀਬ ਖਾਨ ਦੇ ਨਾਲ ਰਹਿੰਦੇ ਸਨ ਰੁਹੇਲੇ ਪਠਾਨ। ਇਹ ਸਾਧ ਸੰਗਤ ਜੀ ਬਰੇਲੀ ਤੱਕ ਦਾ ਇਲਾਕਾ ਮੁਰਾਦਾਬਾਦ ਦਾ ਇਹ ਰੁਹੇਲ ਖੰਡ ਕਹਿੰਦੇ। ਇਹ ਰੁਹੇਲੇ ਪਠਾਣਾਂ ਕੋਲ ਬੜਾ ਪੁਰਾਣਾ ਇਲਾਕਾ ਰੁਹੇਲਿਆਂ ਕੋਲ, ਗੁਰੂ ਨਾਨਕ ਦੇਵ ਜੀ ਨੂੰ ਰੁਹੇਲਿਆਂ ਨੇ ਫੜ ਕੇ ਵੇਚਿਆ ਸੀਗਾ। ਉਸ ਜਗ੍ਹਾ ਦਾ ਨਾਮ ਜਿਹੜਾ ਹੈ ਗੁਰਦੁਆਰਾ ਇਹ ਯੂਪੀ ਦੇ ਵਿੱਚ ਹੈ, ਉੱਥੇ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੂੰ ਰੁਹੇਲੇ ਪਠਾਣ ਨੇ ਤਿੰਨ ਵਾਰੀ ਫੜ ਕੇ ਵੇਚਿਆ, ਤਿੰਨ ਵਾਰੀ। ਜਦੋਂ ਤੀਜੀ ਵਾਰੀ ਉਹਨੂੰ ਪਤਾ ਲੱਗਾ ਵੀ ਇਹ ਤਾਂ ਪਰਮੇਸ਼ੁਰ ਦਾ ਅਵਤਾਰ ਹਨ, ਗੁਰੂ ਹਨ, ਫਿਰ ਉਹ ਮਹਾਰਾਜ ਦਾ ਸੇਵਕ ਬਣਿਆ। ਸੋ ਸਾਧ ਸੰਗਤ ਜੀ ਉਹ ਇਲਾਕਾ ਸਾਰਾ ਯੂਪੀ ਦਾ ਰੁਹੇਲਿਆਂ ਦਾ ਪੁਰਾਣਾ ਹੀ ਕਬਜ਼ਾ ਚੱਲਿਆ ਹੁੰਦਾ ਕਈ ਸਦੀਆਂ ਤੋਂ। ਉੱਧਰ ਰੁਹੇਲੇ ਸਾਰੇ ਇਕੱਠੇ ਹੋ ਗਏ ਸਿੱਖਾਂ ਨੂੰ ਮਾਰਨ ਲਈ, ਇੱਧਰੋਂ ਗਿਲਜਿਆਂ ਪਠਾਣਾਂ ਦੀ ਫੌਜ ਆ ਗਈ, ਰੁਹੇਲੇ ਪਠਾਣ ਅਤੇ ਅਫਗਾਨਿਸਤਾਨੀ ਪਠਾਣ ਇਕੱਠੇ ਹੋ ਗਏ। ਸੂਰ ਚੜ੍ਹੇ ਤੇ ਆਏ ਪਈ ਜਿਮ ਦਰਿਆਏ ਮੌਜ। 10 ਦਿਨ ਹੋ ਗਏ ਸੀ ਸਿੰਘਾਂ ਨੂੰ ਇਲਾਕਾ ਲੁੱਟਦਿਆਂ ਨੂੰ, ਬਾਬਾ ਅਮਿਤ ਸਿੰਘ ਜੀ 10,000 ਸਿੰਘ, ਪਤਾ ਹੀ ਨਹੀਂ ਲੱਗਾ ਦਿਨ ਚੜ੍ਹਦਿਆਂ ਨੂੰ ਦੁਸ਼ਮਣ ਦੀ ਫੌਜ ਰਾਤੋ ਰਾਤ ਤਿਆਰੀ ਕਰਕੇ ਦਿਨ ਚੜ੍ਹਦੇ ਨੂੰ ਬਾਬਾ ਅਮਿਤ ਸਿੰਘ ਜੀ ਦੇ ਦਲ ਦੇ ਉੱਤੇ ਆ ਪਈ। ਚੌ ਪਈ ਸਿੰਘਨ ਪੈਲ ਦੇ ਘੋੜੇ ਭਾਰ। ਸਿੰਘਾਂ ਦੇ ਜਿਹੜੇ ਘੋੜੇ ਸਨ ਉਹਨਾਂ ਘੋੜਿਆਂ ਦੇ ਉੱਤੇ ਸਿੰਘਾਂ ਨੇ ਲੁੱਟ ਦਾ ਮਾਰ ਲੱਦਿਆ ਹੋਇਆ ਸੀ। ਗੱਡਿਆਂ ਦੇ ਉੱਤੇ ਤਾਂ ਲੱਦਣਾ ਹੀ ਸੀ, ਘੋੜਿਆਂ 'ਤੇ ਵੀ ਲੱਦ ਲਿਆ, ਇਹ ਸੋਚ ਕੇ ਵੀ ਸਾਨੂੰ ਹੁਣ ਕਿਹਨੇ ਰੋਕਣਾ, ਹੁਣ ਅਸੀਂ ਪੰਜਾਬ ਦੇ ਵਿੱਚ ਇੰਨਾ ਕੁ ਖਰਚਾ ਲੈ ਜਾਵਾਂਗੇ ਵੀ ਸਾਲ 6 ਮਹੀਨੇ ਪੰਜਾਬ ਵਿੱਚ ਰਹਾਂਗੇ, ਦੁਸ਼ਮਣ ਨਾਲ ਟੱਕਰ ਲਵਾਂਗੇ, ਗੁਰੂ ਕੇ ਲੰਗਰ ਵੀ ਚੱਲਣਗੇ ਅਤੇ ਪਰਿਵਾਰਾਂ ਦਾ ਵੀ ਖਰਚਾ ਚੱਲੇਗਾ। ਸਿੰਘਾਂ ਨੇ ਬੜੇ ਜ਼ਿਆਦਾ ਹੀ ਮਾਲ ਉੱਥੋਂ ਲੁੱਟ ਲਿਆ ਮੇਰਠ ਸ਼ਹਿਰ ਵਿੱਚੋਂ। ਆਪ ਬੰਨੇ ਗੰਢ ਮਗਰੇ ਨਾਲ, ਅਤੇ ਕਈਆਂ ਦੇ ਘੋੜੇ ਲੱਦਣ ਤੋਂ ਬਾਅਦ ਵੀ ਭਾਰ ਪੂਰਾ ਨਾ ਹੋਇਆ ਅਤੇ ਮਗਰੇ ਪਿੱਛੇ ਪੰਡਾਂ ਬੰਨ ਲਈਆਂ, ਆਪ ਬੰਨੇ ਮਗ ਪਿੱਛੇ ਮਗਰੇ ਦੇ ਪਿੱਠ ਦੇ ਸਿੰਘਾਂ ਨੇ ਮਾਲ ਆਪਣੀਆਂ ਪਿੱਠਾਂ ਪਿੱਛੇ ਵੀ ਢੋ ਲਿਆ। ਇਸ ਬਿਧ ਸਿੰਘ ਸੋ ਭਏ ਖੁਆਰ। ਪਰ ਦੁਸ਼ਮਣ ਜਦੋਂ ਆਇਆ ਨਾ ਉਦੋਂ ਸਿੰਘਾਂ ਨੂੰ ਬੜੀ ਪਰੇਸ਼ਾਨੀ ਹੋਈ, ਘੋੜਿਆਂ ਨੂੰ ਦੌੜਾਉਣ ਜੋਗੇ ਘੋੜਿਆਂ ਦੇ ਸਵਾਰ ਹੋ ਕੇ ਜੰਗ ਲੜਨਾ ਸੀ, ਘੋੜੇ ਤੇ ਪਹਿਲਾਂ ਲੱਦੇ ਪਏ, ਘੋੜਿਆਂ ਦੇ ਉੱਤੇ ਮਾਲ ਲੱਦਿਆ ਹੋਇਆ, ਸਿੰਘ ਪਰੇਸ਼ਾਨ ਹੋ ਗਏ, ਖੁਆਰ ਹੋਏ ਹਨ। ਸਕੇ ਨਾ ਸੋ ਹਥਿਆਰ ਸੰਭਾਲ। ਸਿੰਘ ਹਥਿਆਰ ਨਹੀਂ ਸੰਭਾਲ ਸਕੇ, ਭਾਵ ਲੜ ਨਹੀਂ ਚੰਗ ਜਿਵੇਂ ਘੋੜਿਆਂ ਦੇ ਸਵਾਰ ਹੋ ਕੇ ਜੰਗ ਕਰ ਲਈਦਾ ਉਦਾਂ ਨਹੀਂ ਕਰ ਸਕੇ। ਸਿੰਘ ਪਏ ਤਬ ਭੱਜਣ ਵਾਰ। ਉਸ ਵੇਲੇ ਸਿੰਘਾਂ ਨੂੰ ਭੱਜਣਾ ਪੈ ਗਿਆ ਮੈਦਾਨ ਵਿੱਚੋਂ ਲੜ ਕੇ। ਇਮ ਕਰ ਭਈ ਨਾ ਲੜਨੋ ਕਾਰ। ਇਸ ਤਰ੍ਹਾਂ ਲੜਾਈ ਗਹਿ ਗਚ ਲੜਾਈ ਜਿਹੜੀ ਸਿੰਘ ਕਰਿਆ ਕਰਦੇ ਸੀ ਉੱਥੇ ਸਾਧ ਸੰਗਤ ਜੀ ਮੇਰਠ ਦੇ ਇਲਾਕੇ ਸ਼ਾਮਲੀ ਦੇ ਇਲਾਕੇ ਸਿੰਘ ਨਹੀਂ ਕਰ ਸਕੇ। ਜੇ ਜੇ ਹੁਤੇ ਸੋ ਸਿੰਘ ਅਰੜਾ ਅੜਿਆਰੇ। ਜਿਹੜੇ ਵਿੱਚੋਂ ਅਣਖੀ ਅੜਿਆੜੇ ਲੜਾਕੇ ਬਹੁਤ ਜੁਝਾਰੂ ਸਿੰਘ ਸਨ ਬਾਬਾ ਅਮਿਤ ਸਿੰਘ ਵਰਗੇ। ਸੋ ਨਾ ਰਹੇ ਤਹੀਂ ਸੋ ਮਾਰੇ। ਉਹ ਨਹੀਂ ਭੱਜੇ, ਉਹ ਉੱਥੇ ਲੜ ਕੇ ਦੁਸ਼ਮਣ ਨਾਲ ਸ਼ਹੀਦੀਆਂ ਪਾਉਣ ਲੱਗੇ। ਉਹਨਾਂ ਨੇ ਵੀ ਬਹੁਤ ਸਾਰੇ ਤੁਰਕਾਂ ਨੂੰ ਮਾਰਿਆ, ਪਰ ਤੁਰਕਾਂ ਦੀ ਫੌਜ ਪਠਾਣਾਂ ਦੀ ਜ਼ਿਆਦਾ ਸੀ,
इस करके सिंह शहीद होण लगे। मित सिंह कै चित तवाई, उस वेले बाबे मित सिंह दे मन च गल आई, भई सो जो सिंह ने बताई। गल ते ओही हो गई है जिहड़ी जथेदार तारा सिंह कहिंदा सी। तारा सिंह कहिंदा सी, मित सिंह दुश्मन दे घर जाइए ते पैर पक्के करके बंदोबस्त करके जाईदा, एवें तां जावी ते सिंघां नूं मरवा के ना आ जावी। हुण मैनूं सिंघां ने जे मैं जिउंदा वापस चला गया, मित सिंह सोचदा है जे मैं जिउंदा वापस चला गया तां सिंघां ने आखणा, देखिया मित सिंह तैनूं पहलां समझाया सी तूं मन्निया नहीं, पंथ सारा मरवा बैठा है, इन्ने सिंघां दीआं जानां गईआं हन, इन्ना नुकसान होया है, सो मुड़ मुड़ के लड़तो जावै। सो बाबा मित सिंह जी बड़े सूरमे सन, साथी सिंघां नूं लै के अबदाली दी फौज नाल, नजीब खां रुहेले दी फौज नाल लड़ी जांदे है। बहुतन के कब वारे आवै, पर बहुतियां दे वारे आउणा मुश्किल है। इक पासे लूण इक पासे आटा, आटे जिन्नी तुरकां दी फौज ते सिंघ लूण दे समान थोड़े सन, लखां वैरी आ गए चढ़ के, बहुतियां दे वारे नहीं आया गया बाबा मित सिंह जी दे दल कोलों। लग गोली घोड़ा गिर पयो, लड़दियां लड़दियां बाबा मित सिंह जी दे घोड़े नूं गोली वज गई, घोड़ा शहीदी पा गया, घोड़ा डिग पिया। नादर काबे पग फस रहे हो, बाबा जी दा पैर घोड़े दी रकाब च फस गया। दोहरा जिनके घोड़े थे बड़े ते आए मुहमार, जिन्हां दे घोड़े तेज सन, जिन्हां दे घोड़ियां दे भार नहीं सी लद्दिया, ओदा घोड़े दौड़ा के पंजाब नूं दौड़ आए। लड़त भजत फिर फिर लड़त, पंज छे मुए हजार, लड़दियां फिरदियां साध संगत जी उन्हां विच्चों पंज छे हजार सिंघ शहीद, 6000 शहीदां दी इतिहास विच कवि जी लिख रहे आ वी उत्थे शहीदी होई शामली दे इलाके विच, मेरठ दे इलाके विच, यानी दिल्ली तों मेरठ, जिन्हां ने पंजाब दा जां हिंदुस्तान दा नक्शा देखिया उन्हां नूं पता है कि उस इलाके विच 6000 सिंघ शहीद होए। बाबा मित सिंह जी भी उत्थे शहीदी प्राप्त कर गए। चौपाई मुक्त फतेह को यो काबली आई, एदां साध संगत जी पठाणा नूं काबली अहमद शाह अब्दाली दे जहान खां नूं बिना लड़िया ही मुफ्त फतेह मिल गई, यानी बहुत सारे सिख उन्हें धोखे नाल घेरे च लै के मार दिते, जां सिंघ कह लो घेरे च आके मारे गए। जहान खान फौजदार कहाई, जहान खान उदों फौजदार सीगा जिहड़ा पंजाब दा सूबेदार भी रहा है, ते बाबा दीप सिंह जी दे नाल जिहड़ा जंग होया ना अमृतसर, जदों बाबा जी दा सीस उतरिया उदों भी जहान खां दे नाल ही जंग होया। ਇਹ ਜਹਾਨ ਖਾਂ ਹੀ ਉੱਥੇ ਬਾਬਾ ਮਿਤ ਸਿੰਘ ਜੀ ਨਾਲ ਲੜਿਆ ਜਾ ਕੇ ਮੇਰਠ ਦੇ ਇਲਾਕੇ ਵਿੱਚ। ਹੁਣ ਸਿਰ ਸਿੰਘਨ ਕੇ ਜੋ ਕਟਾਏ, ਸਾਧ ਸੰਗਤ ਜੀ ਨਜੀਬ ਖਾਂ ਰੁਹੇਲੇ ਪਠਾਣਾ ਨੇ ਉਹ ਜਿਹੜੀਆਂ ਲਾਸ਼ਾਂ ਸਨ ਸਿੰਘਾਂ ਦੀਆਂ ਉਹਨਾਂ ਦੇ ਨਾਲੋਂ ਸਿਰ ਵੱਢ ਲਏ, ਸਿਰ ਕੱਟ ਲਏ ਧੜਾਂ ਨਾਲੋਂ ਸੀਸ, ਜਿਹੜੀਆਂ ਲਾਸ਼ਾਂ ਡਿੱਗੀਆਂ ਮੈਦਾਨ ਵਿੱਚ ਉਹਨਾਂ ਸਾਰੀਆਂ ਲਾਸ਼ਾਂ ਨੂੰ ਢੂੰਡ ਕੇ ਉਹਨਾਂ ਦੇ ਨਾਲੋਂ ਸਿਰ ਕੱਟ ਲਏ। 18 ਗੱਡੇ ਨਜੀਬੇ ਲਦਵਾਏ, ਭਾਈ ਸਾਹਿਬ ਜੀ ਰਤਨ ਸਿੰਘ ਜੀ ਕਹਿੰਦੇ 18 ਗੱਡੇ ਨਜੀਬ ਖਾਂ ਰੁਹੇਲੇ ਨੇ ਸਿਰਾਂ ਨਾਲ ਭਰ ਲਏ। ਹੁਣ ਜੇ 18 ਗੱਡਿਆਂ 'ਚ ਸਿਰ ਭਰੇ ਤਾਂ ਇਹਦਾ ਮਤਲਬ ਹੈ ਵੀ 6000 ਸਿਰ ਸਨ, 6000 ਸਿੰਘਾਂ ਦੇ ਸੀਸ ਗੱਡਿਆਂ 'ਚ ਲੱਦੇ। ਕਿੰਨੇ ਗੱਡੇ ਲੱਦੇ ਗਏ? 18 ਗੱਡੇ ਲੱਦੇ ਗਏ ਸਿੰਘਾਂ ਦੇ ਸਿਰਾਂ ਨਾਲ। ਹਾਂਜੀ, ਦੋਹਰਾ ਜਬ ਸਿਰ ਗੱਡੇ ਲੰਘ ਤੁਰੇ ਘੱਗਰ ਹੁਤੀ ਸਰਾ, ਤੇ ਉਹ ਲੈ ਕੇ ਤੁਰ ਪਿਆ ਲਾਹੌਰ ਚੱਲਾਂਗੇ, ਤੇ ਲਾਹੌਰ ਤੋਂ ਜਿਹੜਾ ਸਰਕਾਰੀ ਖਜ਼ਾਨਾ ਸੀ ਉੱਥੋਂ ਇੱਕ ਸਿਰ ਦਾ 80 ਰੁਪਈਏ ਇਨਾਮ ਮਿਲਦਾ ਸੀ, ਇੱਕ ਸਿਰ ਦਾ ਮੁੱਲ ਮਿਲਦਾ ਸੀ 80 ਰੁਪਈਏ। ਲਾਹੌਰ ਜਾਵਾਂਗੇ, ਉਸ ਖਜ਼ਾਨੇ 'ਚੋਂ 6000 ਸਿੰਘਾਂ ਦਾ ਸਿਰਾਂ ਦਾ ਮੁੱਲ ਲਵਾਂਗੇ। ਤਬ ਸਿੰਘਨ ਕੇ ਦਲ ਬੜੇ ਸੁਣੀ ਅਵਾਈ ਆਏ, ਮੇਰਠ ਤੋਂ ਇਹ ਲਾਸ਼ ਇਹ ਸਿਰਾਂ ਦੇ ਸ਼ਾਮਲੀ ਤੋਂ ਲੈ ਕੇ ਜਦੋਂ ਗੱਡੇ ਤੁਰੇ ਤੇ ਸਾਧ ਸੰਗਤ ਜੀ ਅੰਬਾਲਾ ਸ਼ਹਿਰ ਟੱਪ ਕੇ ਅੱਗੇ ਘੱਗਰ ਦਰਿਆ ਆ ਜਾਂਦਾ ਹੈ, ਤੇ ਘੱਗਰ ਤੋਂ ਕੋਈ 4-5 ਕਿਲੋਮੀਟਰ ਅੱਗੇ ਸ਼ੰਭੂ ਬਾਰਡਰ ਹੈ, ਉੱਥੇ ਸ਼ੰਭੂ ਦੇ ਲਾਗੇ ਘੱਗਰ ਸਰਾਂ ਹੈ, ਛੋਟਾ ਜਿਹਾ ਮੁਗਲਾਂ ਦਾ ਕਿਲ੍ਹਾ ਬਣਿਆ ਨੂੰ ਮੁਗਲ ਸਰਾਂ ਵੀ ਕਹਿੰਦੇ ਹੈ। ਉਸ ਕਿਲ੍ਹੇ ਦੇ ਕੋਲ ਜਾ ਕੇ ਰਾਤ ਨੂੰ ਨਜੀਬ ਖਾਂ ਰੁਹੇਲੇ ਦੀ ਫੌਜ ਨੇ ਸਿੰਘਾਂ ਦੇ ਗੱਡੇ ਸਿਰਾਂ ਦੇ ਰੋਕ ਦਿੱਤੇ,
ते तुरकां दी फौज उस किले च रोटी खा के सौ गई। उधरों बुढ़े दल नूं ते तरने दल नूं पता लगा कि साडे भरा जिहड़े बाबा मित सिंह लै गया सी सने मित सिंह दे ओह 6000 सिंह शहीद हो गए ने। उन्हां दे सिर वढ के अहमद शाह नजीब खां रुहेला लाहौर लिजा रहा है। ਜਦੋਂ ਇਹ ਖਬਰ ਸਿੰਘਾਂ ਦੇ ਵੱਡੇ ਦਲ ਨੂੰ ਪਤਾ ਲੱਗੀ ਚੌਪਾਈ ਹੁਣ ਸਿਰ ਦੀਨੇ ਉਹਾਂ ਗਿਰਾਏ ਤਾਂ ਬਾਬਾ ਜੱਸਾ ਸਿੰਘ ਜੀ ਆਲੂਵਾਲੀਏ ਦੇ ਨਾਲ ਬੁੱਢੇ ਦਲ ਦੇ ਜਥੇਦਾਰਾਂ ਸਿੰਘਾਂ ਦੀ ਫੌਜ ਘੱਗਰ ਸਰਾਂ ਦੇ ਲਾਗੇ ਸ਼ੰਭੂ ਜਿਹੜਾ ਤੁਸੀਂ ਸੁਣਿਆ ਹੋਣਾ ਬਾਰਡਰ ਉੱਥੇ ਆ ਪਈ। ਜਦੋਂ ਉੱਥੇ ਆ ਪਈ ਤਾਂ ਜਿਹੜੇ ਤੁਰਕ ਸੀ ਨਾ ਉਹ ਥੋੜ੍ਹੇ ਸਨ, ਸਿੰਘਾਂ ਦਾ ਦਲ ਬਹੁਤ ਵੇਖ ਕੇ ਉਹ ਸਿੰਘਾਂ ਸ਼ਹੀਦਾਂ ਦੇ ਸੀ, ਸੋ ਉੱਥੇ ਛੱਡ ਗਏ ਅਤੇ ਦੌੜ ਗਏ। ਉਹਨਾਂ ਨੇ ਸਿਰ ਸੱਟ ਦਿੱਤੇ ਅਤੇ ਉਹ ਆਪਣੀਆਂ ਜਾਨਾਂ ਬਚਾ ਕੇ ਤੁਰਕ ਜਿਹੜੇ ਸਨ ਪਠਾਨ ਉਹ ਭੱਜ ਗਏ ਸਿੰਘਾਂ ਨੂੰ ਵੇਖ ਕੇ। ਗੱਡੇ ਲੈ ਗਏ ਨੱਠ ਪਿਛਾਹੇ ਉਹ ਗੱਡੇ ਛੱਡ ਕੇ ਗੱਡੇ ਸਿਰ ਸਿਰਾਂ ਨੂੰ ਥੱਲੇ ਸੁੱਟ ਕੇ ਅਤੇ ਭੱਜ ਗਏ ਜਾਨਾਂ ਬਚਾ ਕੇ। ਉਤੇ ਭਤੀਜੇ ਮਿਤ ਸਿੰਘ ਦੋਏ ਉਸ ਵੇਲੇ ਸਾਧ ਸੰਗਤ ਜੀ ਬਾਬਾ ਮਿਤ ਸਿੰਘ ਦੇ ਦੋ ਭਤੀਜੇ ਵੀ ਸਨ ਉਸ ਸਿੰਘ ਦਲ ਦੇ ਵਿੱਚ ਜਿਹੜੇ ਬਾਬਾ ਜੱਸਾ ਸਿੰਘ ਜੀ ਲੈ ਕੇ ਆਏ। ਉਹਦੇ ਵਿੱਚ ਦੋ ਬਾਬੇ ਮਿਤ ਸਿੰਘ ਦੇ ਭਤੀਜੇ ਵੀ ਆਏ, ਭਾਗ ਸਿੰਘ ਭੰਗਾ ਸਿੰਘ ਸੋਏ। ਇੱਕ ਦਾ ਨਾਂ ਸੀ ਭਾਗ ਸਿੰਘ ਅਤੇ ਇੱਕ ਦਾ ਨਾਂ ਸੀ ਭੰਗਾ ਸਿੰਘ। ਉਹਨਾਂ ਨੂੰ ਪਤਾ ਲੱਗਾ ਸਾਡਾ ਚਾਚਾ ਸ਼ਹੀਦ ਹੋ ਗਿਆ। ਮਿਤ ਸਿੰਘ ਦੇ ਭਤੀਜਿਆਂ ਨੇ ਆਪਣੇ ਚਾਚੇ ਦੇ ਅਤੇ ਨਾਲ ਦੇ ਸਿੰਘਾਂ ਦਾ ਸਸਕਾਰ ਕੀਤਾ। ਥਨੇਸਰ ਕੁਰਸ਼ੇਤਰ ਤੇ ਕਬਜ਼ਾ ਕੀਤਾ। ਕੁਰਸ਼ੇਤਰ ਦਾ ਰਾਜ ਸਿੰਘਾਂ ਦਾ ਰਾਜ ਰਿਹਾ ਨਾ, ਉਸ ਇਲਾਕੇ 'ਚ ਅਜੇ ਵੀ ਜਗੀਰਦਾਰ ਸਿੰਘਾਂ ਦੇ ਬੜੇ ਬੜੇ ਵੱਡੇ ਪਿੰਡ ਹਨ। ਉਹਨਾਂ ਦਾ ਪਰਿਵਾਰ ਉਹੀ ਹੈ ਬਾਬਾ ਮਿਤ ਸਿੰਘ ਜੀ ਦਾ ਪਰਿਵਾਰ, ਉਹਨਾਂ ਦੇ ਭਤੀਜਿਆਂ ਦਾ ਪਰਿਵਾਰ ਜਿਨ੍ਹਾਂ ਨੇ ਸਾਧ ਸੰਗਤ ਜੀ ਥਨੇਸਰ ਤੇ ਕਬਜ਼ਾ ਕੀਤਾ, ਸਿੰਘਾਂ ਦਾ ਰਾਜ ਬਣਾਇਆ। ਸ਼ਾਹਬਾਦ, ਕੁਰਸ਼ੇਤਰ, ਲਾਡਵਾ, ਇਸੇ ਤਰ੍ਹਾਂ ਸਾਧ ਸੰਗਤ ਜੀ ਕਰਨਾਲ, ਛਲੋਦੀ, ਇਹ ਸਭ ਸਿੱਖਾਂ ਦਾ ਰਾਜ ਹੋਇਆ। ਦਿੱਲੀ ਤੱਕ ਸਿੱਖਾਂ ਦੀਆਂ ਮਿਸਲਾਂ ਹੋਈਆਂ, ਉੱਥੇ ਅਜੇ ਤੱਕ ਸਿੱਖਾਂ ਦੇ ਪਰਿਵਾਰ ਬੋਲਦੇ ਹਨ ਵੀ ਇਹ ਸਾਡੇ ਬਜ਼ੁਰਗਾਂ ਦਾ ਇੱਥੇ ਰਾਜ ਰਿਹਾ ਹੈ। ਇਤਿਹਾਸ ਲਿਖਿਆ ਸਾਰਾ, ਯਾਨੀ ਗਿਆਨ ਸਿੰਘ ਤਵਾਰੀਖ ਗੁਰੂ ਖਾਲਸੇ 'ਚ ਵੀ ਲਿਖਿਆ ਹੈ। ਭਾਗ ਸਿੰਘ ਅਤੇ ਭੰਗਾ ਸਿੰਘ ਇਹ ਮਿਤ ਸਿੰਘ ਦੇ ਭਤੀਜੇ ਸਨ ਜੇ ਕੁਰਸ਼ੇਤਰ ਦੇ ਰਾਜੇ ਹੋਏ ਹਨ। ਸੀਸ ਫੁੱਕੇ ਉਹਨ ਦੌੜ ਸੋ ਚੱਲ, ਉਹ ਦੋਵੇਂ ਭਤੀਜੇ ਆਪਣੇ ਚਾਚੇ ਦੇ 6000 ਸਾਥੀ ਸਿੰਘਾਂ ਦਾ ਸਸਕਾਰ ਕਰਨ ਲਈ ਬੁੱਢੇ ਦਲ ਦੇ ਨਾਲ ਆਏ ਅਤੇ ਉਹਨਾਂ ਨੇ ਆ ਕੇ 6000 ਸਿੰਘਾਂ ਦਾ ਸਸਕਾਰ, ਉਹ ਜਿਹੜੀ ਘੱਗਰ ਸਰਾਂ ਬਣੀ ਹੋਈ ਹੈ ਉਹਦੇ ਤੋਂ ਕੋਈ ਅੱਧਾ ਕਿਲੋਮੀਟਰ ਹਟ ਕੇ ਸਾਹਮਣੇ ਉਸ ਸਰਾਂ ਦੇ ਕੀਤਾ ਹੈ ਜਿੱਥੇ ਅੱਜ ਕੱਲ੍ਹ ਬਹੁਤ ਵੱਡਾ ਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਣ ਗਿਆ। ਹਾਂਜੀ, ਸ਼ਹੀਦ ਗੰਜ ਉਹਾਂ ਕਹਾਵੇ, ਉਸ ਗੁਰਦੁਆਰੇ ਦਾ ਨਾਮ ਹੈ ਗੁਰਦੁਆਰਾ ਸ਼ਹੀਦ ਗੰਜ। ਤੁਸੀਂ ਕਦੀ ਅੰਬਾਲੇ ਤੋਂ ਰਾਜਪੁਰਾ ਰੋਡ 'ਤੇ ਜਾਓਗੇ ਤਾਂ ਤੁਹਾਨੂੰ ਸੱਜੇ ਪਾਸੇ ਮਿਲੇਗਾ। ਜੇ ਪੰਜਾਬ ਤੋਂ ਦਿੱਲੀ ਵੱਲ ਜਾਓਗੇ ਰਾਜਪੁਰੇ ਤੋਂ 5-6 ਕਿਲੋਮੀਟਰ ਖੱਬੇ ਹੱਥ ਵੱਡਾ ਗੁਰਦੁਆਰਾ ਨੀਲਾ ਨਿਸ਼ਾਨ ਸਾਹਿਬ ਉੱਥੇ ਲੱਗਾ ਸ਼ਹੀਦਾਂ ਸਿੰਘਾਂ ਦਾ। ਉਸ ਜਗ੍ਹਾ 'ਤੇ ਦਾਸ ਨੂੰ ਸੇਵਾ ਮਿਲੀ ਹੋਈ ਹੈ। ਹੁਣ ਉੱਥੇ ਵਿਦਿਆਲਾ ਬੱਚਿਆਂ ਨੂੰ ਗੁਰਬਾਣੀ ਪੜ੍ਹਾਈ ਜਾਂਦੀ ਹੈ ਅਤੇ ਕੀਰਤਨ ਸਿਖਾਇਆ ਜਾਂਦਾ ਹੈ। ਸੰਗਤਾਂ ਦੇ ਉੱਦਮ ਨਾਲ ਗੁਰਦੁਆਰੇ ਦੀਆਂ ਬਿਲਡਿੰਗਾਂ, ਲੰਗਰ ਹਾਲ ਆਦਿ ਦੀ ਸੇਵਾ ਵੀ ਚੱਲ ਰਹੀ ਹੈ। ਉਹ 6000 ਸਿੰਘਾਂ ਦਾ ਸ਼ਹੀਦਾਂ ਦਾ ਅੰਗੀਠਾ ਹੈ। ਭਾਈ ਰਤਨ ਸਿੰਘ ਜੀ ਕਹਿੰਦੇ ਆ ਵੀ ਉਹਦਾ ਨਾਮ ਸ਼ਹੀਦ ਗੰਜ ਹੈ। ਸਾਧ ਸੰਗਤ ਜੀ, ਇਹ ਜਦੋਂ ਸੰਨ 1767 ਦੇ ਵਿੱਚ ਸ਼ਹੀਦੀਆਂ ਹੋਈਆਂ ਅਤੇ ਉਸ ਤੋਂ ਕੋਈ 10-20 ਸਾਲ ਬਾਅਦ 1793 ਦੇ ਵਿੱਚ, 1793 ਦੇ ਵਿੱਚ ਮਰਾਠਿਆਂ ਨੇ ਪੰਜਾਬ 'ਤੇ ਬੜਾ ਭਾਰੀ ਹੱਲਾ ਕੀਤਾ। ਪ੍ਰੋਫੈਸਰ ਮੋਹਨ ਸਿੰਘ ਜੀ ਦੀ ਕਵਿਤਾ ਹੈ, ਉਹ ਕਹਿੰਦੇ 1793 ਦੇ ਸਮੇਂ ਨਿਰਾਲੇ ਮੱਲੀ ਸਾਹਿਬ ਸਿੰਘ ਨੇ ਗੱਦੀ ਪਟਿਆਲੇ, ਨੱਢਾ ਸੀ ਉਹ ਕਚਕਰਾ ਅਤੇ ਮੁੱਛ ਫੁੱਟੀ ਨਾ ਹਾਲੇ, ਭੁੱਲ ਗਿਆ ਉਹ ਗੱਭਰੂ ਸਿੰਘਾਂ ਦੇ ਚਾਲੇ। ਰਾਜਾ ਸਾਹਿਬ ਸਿੰਘ ਜਿਹੜਾ ਸੀ ਨਾ ਉਹ ਜੇ ਅਣਜਾਣ ਬੱਚਾ ਸੀਗਾ ਅਤੇ ਥੋੜ੍ਹਾ ਜਿਹਾ ਨਾਚ ਗਾਣੇ ਦਾ ਸ਼ੌਕੀਨ ਬਣ ਗਿਆ, ਖਾਣ ਪੀਣ ਲੱਗ ਪਿਆ, ਸਿੰਘਾਂ ਵਾਲੇ ਚਾਲੇ ਭੁੱਲ ਗਿਆ ਅਤੇ
उस वेले मराठियां नूं पता लगा भी पटियाले का राजा बड़ा कमजोर है। उन्होंने लगभग 1-1.5 लाख फौज इकट्ठी की पंजाब ते हल्ला बोल दिता 1793। जदों वो फौज दिल्लियों अगे आ गई पटियालिया पता लग गया तो पटियाले दे राजे नूं तां कोई पता नहीं सी, इन्ना ज्ञान नहीं सी। उहदी भैण सी राणी साहब कौर। राणी साहब कौर अपने भाई दी थां ते आ के मर्दां वाले कपड़े पा के मरदाना भेस बना के सिंघां दी फौज ने ललकार के उन्हें लिखिया अंटे राव नूं मैनू कली ना जानी मैं चंडी गोबिंद सिंह दी वैरी ता लखाणी। उन्हें जिहड़ी चिट्ठी लिखी अंटा राव फुलकर राव नूं राघो राव नूं उह मराठियां दी फौज दे जरनैलां नूं ते उस वेले उह सिंघणी उह बीबी साहब कौर राणी साहब कौर जिहड़ी सी इस गुरद्वारे शहीदगंज आई जिहदा इत्थे जिक्र आ रहा बाबा मित सिंह जी। इत्थे आई कोई 10-20 हज़ार सिंघां दी फौज सी नाल। सारे सिंघां ने शहीदां दे चरणां 'च अरदास कीती कि हे बाबा मित सिंह जी हे शहीदो सिंघो पंजाब दी असमत ते अजमत नूं बचाण लई हुण सहायता बख्शो। जे असीं वैरी दल नूं फतेह कर लिया जे असीं दुश्मन नूं भजा दिता मैदाने जंग विच्चों तां फिर असीं इस गुरद्वारे दी सेवा करावांगे ते जे असीं शहीद हो गए ते फिर महाराज तुहाडे गुरद्वारियां दीआं बेदबियां होणगीआं हुण पंजाब नूं तुसीं बचाउणा। तां उस जगह तों जिथे बाबा जी दा इह गुरद्वारा शहीदगंज शंभू दे कोल है अली माजरा पिंड है जीटी रोड दे नाल ही गुरद्वारा साहब दिसदा है उत्थों अरदासा करके राणी तुरी। उत्थों 3 किलोमीटर पिंड मरदांपुर है। मरदांपुर पिंड दे घग्गर दरिया के किनारे ते राणी ने मोर्चा कर लिया। बड़ा भारी जंग मराठियां नाल होया ते बड़ी मुश्किल नाल राणी साहब कौर ने मराठे भजाए। वो इस जदों जंग नूं जित के राणी फिर गुरद्वारे शहीदगंज आई। उन्हें 262 विघे जमीन गुरद्वारे दे नाल लवाई सी। बाद विच वो जिहड़े उत्थों दे महंत सन राणी ने अपना वो जिहड़ा राजे दा रथवान सीगा ना रथ चलाउण वाला महाराजा पटियाला दा वह उत्थों दा महंत सी वह जमीन अपने नाल लवांदे गए ते वेचदे गए। हुण जमीन तां उत्थे नहीं है पर गुरद्वारा बड़ा सुंदर गुरु साहब की कृपा नाल संगतां ने बनाया होया। शहीद गंज एम ऊहां कहावै उस जगह ते गुरद्वारा शहीद गंज है। चाड़े चढ़ावा सो सुख पावे और जेड़ा उत्थे अरदासा करदा चढ़ावा चढ़ांदा उहनूं सुख की प्राप्ति हुंदी। संगतां बहुत भावना नाल शहीदां सिंघां दे अस्थान की सेवा करदियां हन। दोहरा साल 1800 बीते उपर 23 साल 1823 दे विच यानी के 1766-67 दे विच ए भाणा वरत्या सी। मित सिंह शहीदी एम लई सो लड़ियो जहान खान नाल। बाबा मित सिंह जी इस तरह शहीदी प्राप्त कीती ते जहान खान नाल लड़े और लड़े भी मेरठ दे इलाके विच ते उहनां दे सिरां दा संस्कार होया पटियाले जिले दे शंभू दे इलाके विच। हां जी दोहरा साखी मीर सो मन्नू ऐ सुनियो मयो जिस दा ए। हुण साध संगत जी भाई रतन सिंह जी कहिंदे आ इक साखी होर सुनाण वाली है। मीर मन्नू किवें मरिया सीगा मीर मन्नू दी मौत ਉਹ ਵੀ ਦੱਸਣੀ ਜ਼ਰੂਰੀ ਹੈ। ਮਾਰਨ ਚੜਿਓ ਖਾਲਸੇ ਮੋਇਓ ਆਪ ਦੁੱਖ ਪਾਏ। ਮੀਰ ਮਨੂ ਖਾਲਸੇ ਨੂੰ ਮਾਰਨ ਚੜਿਆ ਸੀ ਸਿੰਘਾਂ ਦਾ ਸ਼ਿਕਾਰ ਕਰਨ ਗਿਆ ਸੀ ਪਰ ਮੀਰ ਮਨੂ ਜਿਵੇਂ ਸਿੰਘਾਂ ਨੂੰ ਮਾਰਨ ਗਿਆ ਆਪ ਮਾਰਿਆ ਗਿਆ। ਉਹ ਸੁਣੋ ਚੌਪਈ ਕੌੜਾ ਮੱਲ ਜਬੈ ਮਰ ਗਯੋ। ਦੀਵਾਨ ਕੌੜਾ ਮੱਲ ਜੀ ਜਦੋਂ ਚੜ੍ਹਾਈ ਕਰ ਗਏ ਮੁਲਤਾਨ ਦੇ ਸੂਬੇਦਾਰ ਬਣਨ ਤੋਂ ਬਾਅਦ ਸਿੰਘਨ ਹੁਤ ਵਸੀਲੋ ਲਹਿ ਵਹਿਓ। ਸਾਧ ਸੰਗਤ ਜੀ ਖਾਲਸੇ ਪੰਥ ਦਾ ਸਰਕਾਰੇ ਦਰਬਾਰੇ ਇੱਕੋ ਇੱਕ ਵਸੀਲਾ ਸੀਗਾ ਉਹ ਸੀ ਦੀਵਾਨ ਕੌੜਾ ਮੱਲ। ਜਦੋਂ ਵੀ ਕੋਈ ਸਿੱਖਾਂ 'ਤੇ ਮੁਸੀਬਤ ਆਉਣੀ ਹੁੰਦੀ ਸੀ ਕੌੜਾ ਮੱਲ ਸਿੱਖਾਂ ਨੂੰ ਪਹਿਲਾਂ ਦੱਸ ਦਿੰਦਾ ਸੀ। ਜੇ ਸਰਕਾਰੀ ਖਜ਼ਾਨੇ ਕਿਤੇ ਜਾਂਦੇ ਆਉਂਦੇ ਹੋਣ ਸਿੰਘਾਂ ਨੂੰ ਲੋੜ ਹੋਵੇ ਕੌੜਾ ਮੱਲ ਉਹਦੀ ਸੂਹ ਵੀ ਦੇ ਦਿੰਦਾ ਸੀ।
इसे तरह सिंघां दी जिथों तक हो सकता सी तन मन धन दे नाल महाराजा कौड़ा मल मदद करदा सी। टके देन ते तुरत मिट गए सास ज्यों ही दीवान कौड़ा मल जी चढ़ाई कर गए। वीर मनु जिहड़ा खालसे नूं कई लखां रुपये का सलाना टैक्स दिंदा सी ਉਹ ਦੇਣਾ ਬੰਦ ਕਰ ਦਿੱਤਾ। ਖਾਲਸੇ ਦਾ ਜਿਹੜਾ ਖਰਚਾ ਪਾਣੀ ਮੀਰ ਮਨੂ ਨੇ ਬੰਦ ਕਰ ਦਿੱਤਾ। ਸਿੰਘਨ ਨੇ ਫਿਰ ਤੁਰਕ ਸੰਤਏ ਫਿਰ ਸਿੰਘਾਂ ਨੂੰ ਔਖੀ ਹੋ ਗਈ। ਖਰਚਾ ਤਾਂ ਲੈਣਾ ਹੀ ਸੀ, ਜਦੋਂ ਖਰਚਾ ਨਹੀਂ ਦਿੰਦੇ ਤੁਰਕ ਤਾਂ ਸਿੰਘਾਂ ਨੇ ਸਰਕਾਰੀ ਖਜ਼ਾਨਿਆਂ ਤੇ ਫਿਰ ਹੱਥ ਫੇਰਨਾ ਸ਼ੁਰੂ ਕਰ ਦਿੱਤਾ। ਲਾਹੌਰ ਢਿੱਗ ਘੋੜੇ ਜਾਏ ਦੁੜਾਏ ਬਾਬਾ ਜੱਸਾ ਸਿੰਘ ਜੀ ਵਰਗੇ ਸੂਰਮੇ ਦਿਲ ਲਾਹੌਰ ਦੇ ਲਾਗੇ ਜਾ ਘੋੜੇ ਦੁੜਾਉਂਦੇ ਸਨ। ਗੈਲ ਪੜੇ ਰਲੇ ਝਾੜਨ ਜਾਏ ਲਾਹੌਰ ਦੇ ਬਾਜ਼ਾਰਾਂ ਵਿੱਚ ਲੁੱਟ ਮਾਰ ਕਰਕੇ ਸਿੰਘ ਜੰਗਲਾਂ ਚ ਵੜ ਜਾਂਦੇ ਸਨ। ਘੋੜਨ ਕੋ ਸਿੰਘ ਮੁੜ ਭੀ ਮਾਰੇ ਜੇ ਪਿੱਛੇ ਤੁਰਕਾਂ ਦੀ ਫੌਜ ਲੱਗਦੀ ਸੀ ਥੋੜੀ ਹੁੰਦੀ ਸੀ ਸਿੰਘ ਪਿੱਛੋਂ ਦੀ ਹੋ ਕੇ ਮਾਰ ਦਿੰਦੇ ਸਨ। ਬਹੁਤਨ ਕੋ ਕਿਤ ਅਗਾੜੇ ਜੇ ਤੁਰਕਾਂ ਦੀ ਫੌਜ ਜ਼ਿਆਦਾ ਹੁੰਦੀ ਸੀ ਤੇ ਸਿੰਘ ਅੱਗੇ ਪਿੱਛੇ ਹੋ ਕੇ ਟਾਈਮ ਕੱਟ ਲੈਂਦੇ ਸਨ। ਤਾਂ ਵਜ਼ੀਰ ਕੇ ਦਿਲ ਇਮ ਆਈ ਤਾਂ ਵਜ਼ੀਰ ਦੇ ਮਨ ਵਿੱਚ ਇਸ ਤਰ੍ਹਾਂ ਦਾ ਇਰਾਦਾ ਬਣਿਆ ਦੇਈਏ ਖਾਲਸਾ ਸਭ ਮਰਵਾਈ ਤੇ ਸਾਰਾ ਖਾਲਸਾ ਹੀ ਖਤਮ ਕਰ ਦਈਏ। ਮੀਰ ਮਨੂ ਸੋਚਦਾ ਸਿੱਖ ਕੋਈ ਨਾ ਰਵੇ ਜਿਉਂਦਾ। ਚਾਰ ਓਰ ਦਈ ਫੌਜ ਦੜਾਏ ਉਸਨੇ ਚਾਰੇ ਪਾਸੇ ਪਿੰਡਾਂ ਸ਼ਹਿਰਾਂ ਨਗਰਾਂ ਚ ਫੌਜਾਂ ਦੜਾ ਦਿੱਤੀਆਂ। ਦੀਏ ਸਿੰਘ ਤਿੰਨ ਮਾਰ ਕਢਾਏ ਸਾਧ ਸੰਗਤ ਜੀ ਪਿੰਡਾਂ ਵਿੱਚ ਤਾਂ ਕੋਈ ਸਿੱਖ ਰਹਿਣ ਨਾ ਦਿੱਤਾ, ਜੰਗਲਾਂ ਵਿੱਚ ਵੀ ਸਿੰਘਾਂ ਦਾ ਟਿਕਾਣਾ ਨਾ ਰਹਿਣ ਦਿੱਤਾ। ਸਜਾਦੇ ਰਹੇ ਕਿਤ ਲੁਕ ਛੁਪਦਾ ਏ ਜਿਹੜੇ ਪੈਦਲ ਸਿੰਘ ਸਨ ਉਹਨਾਂ ਨੂੰ ਸਜਾਦੇ ਕਹਿੰਦੇ ਸਨ, ਜਿਹਨਾਂ ਕੋਲ ਘੋੜਾ ਨਾ ਹੋਵੇ। ਪੈਦਲ ਫੌਜ ਇਸ ਨੂੰ ਸਜਾਦਾ ਫੌਜ ਕਹਿੰਦੇ ਸਿੰਘਾਂ ਦੀ ਬੋਲੀ ਦੇ ਵਿੱਚ, ਜਿਵੇਂ ਨਿਹੰਗਾ ਸਿੰਘਾਂ ਦੇ ਬੋਲੇ ਹੁੰਦੇ ਨਾ, ਬਹੁਤ ਸਾਰੀਆਂ ਚੀਜ਼ਾਂ ਦੇ ਆਪਣੇ ਹੀ ਨਾਮ ਰੱਖੇ ਹੁੰਦੇ ਆ। ਪੈਦਲਾਂ ਨੂੰ ਸਜਾਦਾ ਕਹਿੰਦੇ ਆ। ਉਹ ਜਿਹੜੇ ਸਜਾਦੇ ਸਿੰਘ ਸਨ ਉਹ ਵਿਚਾਰੇ ਝਾੜਾਂ ਝੂੜਾਂ ਚ ਲੁਕ ਕੇ ਟਾਈਮ ਕੱਟਦੇ ਸੋ ਭੀ ਲੁੱਟ ਮਾਰ ਵੀ ਖਏ ਉਹਨਾਂ ਕੋਲ ਵੀ ਖਾਣ ਨੂੰ ਕੁਝ ਨਹੀਂ ਹੁੰਦਾ, ਉਹ ਵੀ ਸਰਕਾਰੀ ਖਜ਼ਾਨੇ ਲੁੱਟ ਮਾਰ ਕੇ ਖਾਂਦੇ। ਸੁਣ ਵਜ਼ੀਰ ਮਨ ਕੋ ਪੀ ਆਈ ਤਾਂ ਵਜ਼ੀਰ ਮੀਰ ਮਨੂ ਨੂੰ ਬੜੀ ਭਾਰੀ ਕਰੋਪੀ ਗੁੱਸਾ ਆਇਆ। ਆਪ ਵਜ਼ੀਰ ਚੜਿਓ ਕਰ ਧਾਈ ਆਪ ਇਹ ਹੱਲਾ ਕਰਕੇ ਖਾਲਸੇ ਤੇ ਚੜਿਆ, ਕਿਉਂਕਿ ਇਹਨੂੰ ਵਜ਼ੀਰ ਤਾਂ ਕਹਿੰਦੇ, ਇਹਦਾ ਸਹੁਰਾ ਵਜ਼ੀਰ ਸੀ ਕਮਰਉਦੀਨ ਲਾਹੌਰ ਦਾ ਦਿੱਲੀ ਦਾ, ਇਸ ਕਰਕੇ ਵਜ਼ੀਰ ਦੇ ਮੁਗਲਾਂ ਦੇ ਪਰਿਵਾਰ ਵਿੱਚੋਂ ਸੀਗਾ ਮੀਰ ਮਨੂ, ਇਹ ਸਿੰਘਾਂ ਦੇ ਮਗਰ ਪੈ ਗਿਆ। ਦੋਹਰਾ ਦਏ ਹਲਕਾਰੇ ਵਜ਼ੀਰ ਘਲ ਆਈ ਖਬਰ ਜਾ ਪਾਏ ਉਹਨੇ ਹਲਕਾਰੇ ਭੇਜ ਦਿੱਤੇ ਪਿੰਡਾਂ ਵਿੱਚ, ਚੌਧਰੀਆਂ ਨੂੰ ਕਹਿ ਦਿੱਤਾ ਵੀ ਜਿੰਨੇ ਤੁਹਾਡੇ ਇਲਾਕੇ 'ਚ ਕੋਈ ਸਿੱਖ ਦਾ ਘਰ ਕਿਸੇ ਪਿੰਡ 'ਚ ਹੋਵੇ ਉਹਨੂੰ ਗ੍ਰਿਫਤਾਰ ਕਰਕੇ ਮੇਰੇ ਕੋਲ ਭੇਜੋ। ਸੁਣੇ ਕਬੀਲੇ ਸਿੰਘਨ ਜਹੈ ਤਹਿ ਪੁੱਜ ਘੇਰ ਕਢਵਾਏ ਜਿੱਥੇ ਸਿੰਘਾਂ ਦੇ ਪਰਿਵਾਰ ਬੀਬੀਆਂ ਸਨ, ਮੀਰ ਮਨੂ ਉਹਨਾਂ ਬੀਬੀਆਂ ਨੂੰ ਕੈਦ ਕਰ ਕਰਕੇ ਪਿੰਡਾਂ ਵਿੱਚੋਂ ਮੰਗਵਾਉਣ ਲੱਗਾ। ਕਿਸੇ ਪਿੰਡ 'ਚੋਂ 10, ਕਿਸੇ 'ਚੋਂ 20, ਕਿਸੇ 'ਚੋਂ 50 ਸਿੱਖਾਂ ਦੇ ਘਰ ਸਨ ਮਾਝੇ ਵਿੱਚ। ਸਭ ਥਾਂ 'ਤੇ ਸਿੱਖਾਂ ਦੀਆਂ ਸਿੱਖਣੀਆਂ ਬੰਨ੍ਹ ਬੰਨ੍ਹ ਕੇ ਹੱਥ ਕੜੀਆਂ ਲਾ ਲਾ ਕੇ ਲਾਹੌਰ ਦੀ ਜੇਲ੍ਹ 'ਚ ਭੇਜਣੀਆਂ ਸ਼ੁਰੂ ਕਰ ਦਿੱਤੀਆਂ। ਚੌ ਪਈ ਨਿਤ ਵਜ਼ੀਰ ਚੜ ਸਿੰਘਨ ਸ਼ਿਕਾਰ ਪਰ ਮੀਰ ਮਨੂ ਰੋਜ਼ ਸਿੰਘਾਂ ਦਾ ਸ਼ਿਕਾਰ ਕਰਦਾ ਸੀ, ਸਵਾ ਸਵਾ ਮਣ ਪੀਸਣਾ ਇੱਕ ਇੱਕ ਮਾਈ ਬੀਬੀ ਨੂੰ ਪੀਸਣ ਲਈ ਦਿੰਦੇ ਸਨ ਅਤੇ ਇੱਕ ਖੰਨੀ ਰੋਟੀ, ਖੰਨੀ ਦਾ ਮਤਲਬ ਹੁੰਦਾ ਇੱਕ ਰੋਟੀ ਦੇ ਚਾਰ ਟੁਕੜੇ ਕਰਨਾ, ਚੌਕ ਚੱਪੇ ਜਿੰਨੀ ਰੋਟੀ ਇੱਕ ਮਾਈ ਬੀਬੀ ਨੂੰ ਮਿਲਦੀ ਸੀ ਅਤੇ ਉਹ ਰੋਟੀ ਜਿਹੜੀ ਸੀ ਅੱਧਾ ਲੂਣ ਪਾਇਆ ਹੁੰਦਾ ਸੀ, ਨਾ ਉਹ ਅੰਦਰ ਲੰਘਣ ਜੋਗੀ ਅਤੇ ਨਾ ਛੱਡਣ ਜੋਗੇ। 8 ਪਹਿਰਾਂ ਪਿੱਛੋਂ ਇੱਕ ਰੋਟੀ ਚਾਰ ਬੀਬੀਆਂ 'ਚ ਵੰਡੀ ਜਾਂਦੀ ਸੀ, ਉਹ ਵੀ ਲੂਣ ਅੱਧਾ ਪਾ ਕੇ, ਅਤੇ ਪਾਣੀ ਦਾ ਇੱਕ ਪਿਆਲਾ ਮਿਲਦਾ ਸੀ ਅਤੇ ਉਹ ਬੀਬੀਆਂ ਸਬਰ ਸੰਤੋਖ ਨਾਲ ਚੱਕੀ ਪੀਸਦੀਆਂ ਹੋਈਆਂ, ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ, ਉਹ ਗੁਰੂ ਦੀ ਬਾਣੀ ਪੜ੍ਹਦੀਆਂ ਸਨ ਤੇ ਮੀਰ ਮਨੂ ਉਹਨਾਂ ਤੇ ਜ਼ੁਲਮ ਕਰਦਾ ਸੀ। ਝਾੜੂ ਕਮਾਦੂ ਕੱਢ ਲਏ ਮਾਰ ਜਿਹੜੇ ਸਿੱਖਾਂ ਦੇ ਟੱਬਰ ਝਾੜਾਂ ਵਿੱਚ ਕਮਾਦਾਂ ਵਿੱਚ ਸਨ, ਉੱਥੋਂ ਵੀ ਜਾ ਕੇ ਕਮਾਦਾਂ ਨੂੰ ਤਲਾਸ਼ੀ ਲੈ ਕੇ ਖੇਤਾਂ ਵਿੱਚੋਂ ਵੀ ਜੰਗਲਾਂ ਵਿੱਚੋਂ ਵੀ ਉਹ ਬੰਨ ਕੇ ਲੈ ਆਉਂਦੇ ਸੀ ਫੌਜ ਸਾਰੀ ਤੁਰਕਾਂ ਦੀ। ਜੋ ਸਿੰਘ ਖੇਤੀ ਕਰਨੇ ਵਾਰੇ ਜਿਹੜੇ ਸਿੰਘ ਖੇਤੀ ਕਰਨ ਵਾਲੇ ਸਨ ਉਹਨਾਂ ਨੂੰ ਵੀ ਸਾਧ ਸੰਗਤ ਜੀ ਫੜ ਫੜ ਕੇ ਮੀਰ ਮਨੂ ਮਰਵਾਉਣ ਲੱਗਾ। ਸੋ ਭੀ ਟੋਲ ਸਿੰਘ ਉਨ ਮਾਰੇ ਉਹਨੇ ਖੇਤੀ ਕਰਨ ਵਾਲੇ ਸਿੰਘ ਵੀ ਟੋਲ ਟੋਲ ਕੇ ਲੱਭ ਲੱਭ ਕੇ ਮਾਰ ਦਿੱਤੇ। ਹਾਹਾਕਾਰ ਭਇਓ ਮਾਝੇ ਮਾਹੇ ਮਾਝੇ ਦੇਸ਼ ਅੰਮ੍ਰਿਤਸਰ ਤਰਨ ਤਾਰਨ
खेम करन इधर बटाले तक सारे पासे हाहाकार मच गई। सिख कोई नहीं जिंदा छड़िया लुकने जगह कबीलन नाहे। हुण टब्बरां बच्चियां बीबियां नूं बेचारियां नूं लुकण नूं थां कोई नहीं सी मिलदी। इक नाम पंडोरी हुतो ग्राम साध संगत जी इक पिंड दा नाम सी पंडोरी। पंडोरी पिंड दे विच हुतो ग्राम जग दादू राम हुतो प्रसिद्ध जग दादू राम उथे दा इक संत पंडोरी दा होया दादू राम। हांजी तहां मात दादी हमरी छप रही। भाई रतन सिंह जी कहंदे मेरी दादी यानी जथेदार भाई मताप सिंह जी शहीद दी घरवाली राय सिंह दी मां ते रतन सिंह दी दादी कहंदी उस कमादां दे विच छुपी होई सी। उन्हें मैनू आप कहानी दसी है भी साढ़े नाल कई सैकड़े बीबियां वह कमादा च लुकियां ते उत्थे खाण नू रोटी नहीं सी हुंदी। नीले छत थले गर्मी सर्दी कटदियां सन बच्चे नाल भुख नाल मरदे सन। हल कारण जाए बजीरे कही और उत्थे साडी दादी भी सी। दादी ने दस्या कि किसे ने सूह दे दित्ती मुखबरी कर दित्ती कि पंडौरी पिंड दे विच सिखणियां कमाद विच लुकियां होईयां ने सिख भी लुके होए ने। तैही उतरियो आए बजीर कहंदे उत्थे आ के उतर गया अमीर मनू घेरियो पिंड उन कर तदबीर ओने बंडौरी पिंड नू घेरा पा लिया। दोहरा दादू राम को पुत्र दादू राम संत ता गुजर चुके सन दादू राम दा पोतरा मंगा लिया। कहियो पास तुझ दुजद घने सोहम देहो फड़ाए अमीर मनु उस पोतरे नू कहन लगा ओ तेरे पिंड विच सिखड़े आए हुए दुष्ट सिख आए हुए उन्हां नूं तूं पनाह दित्ती सारे मेरे हवाले कर दे। चौपाई बालक महंत मुकरत तह भयो ओ दादू राम दा पोतरा जिहड़ा सीगा ओ मुकर गया। ओ कहन लगा खान साहब तुहानूं किसे ने गलत सूह दित्ती है मेरे कोल कोई सिख नहीं हन। उसको घर वजीर टोलन करायो ओदे घर दी तलाशी मीर मनू ने कराई फिर माते हमरी और जो सिखनी कहंदे मेरी दादी ते साडा परिवार होर सिखणियां उथे लुकियां होईयां सन। कपड़े रंग सिकियो सब बिसनी कपड़े रंग कियो सब बिसनी वैष्णुआ वाले भगवे कपड़े पाए हुए सन। मेरी दादी ने भी साधा वाले कपड़े पा के क्योंकि ओ ये शो करना सी भी तो बेचारियां साधनियां ने ये सिखणियां नहीं। उन्होंने वैष्णुआ वाले साधा वाले भगवे कपड़े मेरी दादी ने पाए हुए सन। भाई रतन सिंह जी कहिंदे हन को भैन किसे बेटी कही ते ओ दादू राम दा पोतरा सीगा महंत सी डेरे दा ओनू पुछण लगी पुलिस भी ये कौन ने माइया। ओ कहन लगा ये मेरी भैन है ये मेरी बेटी है ये मेरी माता है एदा उन्हें अपनी रिश्तेदारियां जां डेरे दियां संतनियां दस के उस साधु ने उन्हां माइयां दी जान बचाणी चाही। गोली सेवक केती यो कही कईयां नूं क्या ये सेवा करदियां ने डेरे च माइयां बीबियां रोटी पकांदियां ने ये तां हिंदुआणियां ने ये सिखणियां नहीं कह के एम उन पढ़ दो सब पर पायो। उस साधु ने दादू राम दे पोतरे ने पर्दा पा लिया मेरी दादी दी ते होरां दी जान बचाई सी। कहिंदे एदां दा समां सीगा अपने उपर दुखे सहायो अपने ते दुख सह लिया उस साधु ने पर उन्हें घर आया दी लाज रखी। हांजी वजीर कही इन दुष्ट लुकोयो ओ कह वजीर फेर ना मन्ने कहन लगा तू सिखा नू लुकोया दुष्टा नू दे मुश्के आगे हाथी सुटोयो ओनू बन के ना कहंदे हाथी दे अगे सुट दिता फिर भी नहीं छड़िया ओनू शक पूरा सी भी ये सिखा दी मदद कर रहा है। हाथी खूनी सिंड सुंड पैरी लायो कहंदे जदों खूनी हाथी उस संत वल आया दादू राम दे पोतरे वल ता उस हाथी ने संतां दे पैरां नूं अपनी सुंड ला के मत्था टेकिया पैर छूहे और सीस हिलायो उन्हें पैर छूए ते सिर झुकाया हाथी ने भी ये कोई महापुरश है।
ਧਰਮੀ ਬੰਦਾ ਹੈ। ਬਹੁ ਮਹਾਵਤ ਉਸ ਰਹਿਓ ਦਬਾਏ, ਮਹਾਵਤ ਉੱਤੋਂ ਨੂੰ ਮਾਰਦਾ ਰਿਹਾ ਵੀ ਹਾਥੀ ਉੱਤੇ ਚੜ ਜਾਵੇ, ਪਰ ਸੰਤਾਂ ਦੇ ਉੱਤੇ ਉਹ ਮਹਾਂਪੁਰਸ਼ ਦੇ ਉੱਤੇ ਹਾਥੀ ਨਹੀਂ ਚੜਿਆ। ਹਾਥੀ ਖੂਨੀ ਹੱਥ ਹਟ ਪਿੱਛੇ ਜਾਏ, ਖੂਨੀ ਹਾਥੀ ਪਿੱਛੇ ਹਟ ਗਿਆ। ਹਾਥੀ ਨੂੰ ਗਿਆਨ ਸੀ ਵੀ ਇਹ ਕੋਈ ਸੰਤ ਹੈ। ਸੁਣ ਵਜ਼ੀਰ ਬਹੁ ਗੁੱਸੋ ਕੀਓ, ਤਾਂ ਗੁੱਸਾ ਖਾ ਕੇ ਮੀਰ ਮਨੂ ਨੇ ਇਹਨੇ ਮਹਾਵਤ ਲੱਭ ਲੈ ਲਈਓ। ਕਹਿੰਦੇ ਉਹ ਮਹਾਵਤ ਤੇ ਗੁੱਸਾ ਕਰਨ ਲੱਗਾ ਵੀ ਇਹ ਮਹਾਵਤ ਨੀ ਹਾਥੀ ਤੋਰਦਾ, ਇਹਨੂੰ ਲਾਲਚ ਹੈ। ਦੋਹਰਾ ਮੀਰ ਮਨੂ ਨੇ ਭੇਜਿਓ ਮਹਾਵਤ ਔਰ ਖਿਜਾਏ। ਮੀਰ ਮਨੂ ਨੇ ਸਾਧ ਸੰਗਤ ਜੀ ਮਹਾਵਤ ਜਿਹੜਾ ਸੀ ਉਹ ਹੋਰ ਚੜ ਬਦਲ ਦਿੱਤਾ ਵੀ ਤੂੰ ਚੜ ਕੇ ਹਾਥੀ ਦੇ ਉੱਤੇ ਤੇ ਇਹਨੂੰ ਮਾਰ ਦੇ ਸਨ। ਤੋ ਵੀ ਬਾਲਕ ਨਹੀਂ ਮਰਿਓ ਸਤਿਗੁਰ ਭਈ ਰਜਾਏ, ਪਰਮੇਸ਼ਰ ਦਾ ਭਾਣਾ ਉਹ ਸੰਤ ਫਿਰ ਵੀ ਨਹੀਂ ਮਰਿਆ। ਸੋ ਸਾਧ ਸੰਗਤ ਜੀ ਅੱਗੇ ਕਥਾ ਮੀਰ ਮਨੂ ਦੇ ਜ਼ੁਲਮਾਂ ਦੀ, ਤੇ ਮੀਰ ਮਨੂ ਦੇ ਜ਼ੁਲਮਾਂ ਤੋਂ ਬਾਅਦ ਸਿੱਖ ਕਿਵੇਂ ਤਗੜੇ ਹੋਏ, ਤੇ ਉਸ ਵੇਲੇ ਮਾਈਆਂ ਪੜ੍ਹਦੀਆਂ ਸੀ ਮਨੂ ਸਾਡੀ ਦਾਤਰੀ ਅਸੀਂ ਮਨੂ ਦੇ ਸੋਏ, ਜਿਉਂ ਜਿਉਂ ਮਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਸੋ ਉਹ ਜ਼ੁਲਮਾਂ ਦੀ ਕਹਾਣੀ ਕਿਵੇਂ ਸਵਾ ਸਵਾ ਮਾਣ ਪੀਸਣੇ ਪੀਸਦੀਆਂ, ਅਤੇ ਉਹਨਾਂ ਦੇ ਬੱਚੇ ਉਹਨਾਂ ਦੀ ਗੋਦੀ 'ਚੋਂ ਖੋਹ ਕੇ ਮੀਰ ਮਨੂ ਨਖਾਸ ਚੌਂਕ ਦੇ ਵਿੱਚ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਇੱਦਾਂ ਅਸਮਾਨ ਨੂੰ ਬੱਚੇ ਸੁੱਟਦਾ, ਥੱਲੇ ਬਰਛੇ ਕਰਕੇ ਉਹ ਜਿਉਂਦੇ ਬੱਚਿਆਂ ਨੂੰ ਬਰਛਿਆਂ 'ਚ ਪਰੋਇਆ ਜਾਂਦਾ, ਉਹਨਾਂ ਦੀਆਂ ਆਂਦਰਾਂ ਕੱਢ ਕੱਢ ਕੇ ਮਾਵਾਂ ਦੇ ਗਲਾਂ 'ਚ ਹਾਰ ਪਾਏ ਜਾਂਦੇ, ਪਰ ਉਹ ਮਾਵਾਂ ਉਹ ਸਾਰਾ ਭਾਣਾ ਮਿੱਠਾ ਕਰਕੇ ਮੰਨਦੀਆਂ, ਅਤੇ ਅਰਦਾਸ ਜਦੋਂ ਵੀ ਸਵੇਰੇ ਸ਼ਾਮ ਕਰਦੀਆਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।